हेलो स्टूडेंट्स, आज दी वीडियो दे विच आपां पढ़ांगे कि बैक्रोनियम की हुंदे ने। बैक्रोनियम उहनां नूं कहिंदे ने जिहदे विच अपने कोले कोई एक वर्ड गिवन हुंदा है, जे उस नूं आपां एंड तो दुबारा लिखण लगीए तां उहदा भी कोई मीनिंग निकले, उस नूं की बोलदे ने बैक्रोनियम। लाइक लिव्ड, जिहड़ा असीं वर्ड लिखदे हां लिव्ड। ਤਾਂ ਹੁਣ ਇਹਦੇ ਵਿੱਚ ਦੇਖੋ, ਜੇ ਆਪਾਂ ਡੀ ਨੂੰ ਅੱਗੇ ਲੈ ਜਾਈਏ, ਡੀ ਈ ਵੀ ਆਈ ਐਲ, ਆਪਾਂ ਇਹਨਾਂ ਨੂੰ ਦੇਖੋ ਵਰਡਸ ਪੁੱਠੇ ਲੈ ਗਏ ਨਾ ਸਾਰੇ, ਤਾਂ ਇਹਦਾ ਹੁਣ ਕੀ ਵਰਡ ਬਣ ਗਿਆ? ਡੈਵਿਲ। ਤਾਂ ਡੈਵਿਲ ਮਤਲਬ ਕੀ ਹੁੰਦਾ? ਸ਼ੈਤਾਨ, ਹੈ ਨਾ। ਤਾਂ ਇਹਦਾ ਕੀ ਹੈ ਮੀਨਿੰਗ ਨਿਕਲ ਰਿਹਾ ਹੈ? ਤਾਂ ਇਹ ਕੀ ਹੈ? ਬੈਕਰੋਨੀਅਮ। ਲਾਈਕ ਟੋਪ, ਜੇ ਇਹਨੂੰ ਆਪਾਂ ਪੁੱਠਾ ਕਰੀਏ ਤਾਂ ਇਹ ਬਣ ਗਿਆ ਪੋਟ। ਤਾਂ ਇਹਦਾ ਵੀ ਕੀ ਹੈ ਮੀਨਿੰਗ ਨਿਕਲ ਰਿਹਾ। ਤਾਂ ਇਹ ਕੀ ਹੈ? ਬੈਕਰੋਨੀਅਮ। ਇੱਕ ਵਰਡ ਹੁੰਦਾ ਆਪਣੇ ਕੋਲ ਟੈਨ, ਟੀ ਈ ਐਨ, ਟੈਨ। ਤਾਂ ਜੇ ਇਹਨੂੰ ਆਪਾਂ ਪੁੱਠਾ ਕਰਦੇ ਹਾਂ ਕੀ ਬਣ ਜਾਂਦਾ? ਨੈੱਟ। ਤਾਂ ਇੱਦਾਂ ਦੇ ਵਰਡਸ ਜਿਹਨਾਂ ਨੂੰ ਜੇ ਆਪਾਂ ਪੁੱਠਾ ਕਰਕੇ ਲਿਖੀਏ ਤਾਂ ਉਹਨਾਂ ਦਾ ਕੋਈ ਮੀਨਿੰਗ ਨਿਕਲੇ, ਤਾਂ ਉਹ ਵਰਡਸ ਕੀ ਹੁੰਦੇ ਨੇ? ਬੈਕਰੋਨੀਅਮ। ਸੋ ਇਹ ਇੱਕ ਤੁਹਾਡਾ ਛੋਟਾ ਜਿਹਾ ਕੰਸੈਪਟ ਸੀ। ਉਮੀਦ ਹੈ ਕਿ ਤੁਹਾਨੂੰ ਇਹ ਕੰਸੈਪਟ ਕਲੀਅਰ ਹੋ ਗਿਆ ਹੋਊਗਾ। ਥੈਂਕ ਯੂ।